ਤੂੰ ਦੇਖਣ ਵਿੱਚ ਆਇਆ ਸ੍ਰੀ ਕ੍ਰਿਸ਼ਨ ਦੇ ਹੋਂਟਾਂ ਤੇ ਬਾਂਸਰੀ ਇਹ ਨਿਰਤ ਹੈ। ਇਹ ਸੁਪਨੇ 'ਚ ਵੀ ਅਸੀਂ ਮਹਾਤਮਾ ਬੁੱਧ ਨਾਲ ਜੋੜ ਨਹੀਂ ਸਕਦੇ। ਉਹ ਖਾਮੋਸ਼ ਨੇ, ਚੁੱਪ। ਮੁਰਦਾ ਤੇ ਖਾਮੋਸ਼ ਹੁੰਦਾ ਹੈ, ਲਾਸ਼ ਤੇ ਖਾਮੋਸ਼ ਹੁੰਦੀ ਹੈ। ਮੌਤ ਤੇ ਇੱਕ ਖਾਮੋਸ਼ੀ ਦਾ ਨਾਂ ਹੈ। ਕਿਸੇ ਘਰ ਵਿੱਚ ਕੋਈ ਮੌਤ ਹੋ ਜਾਏ, ਖਾਮੋਸ਼ੀ ਛਾ ਜਾਂਦੀ ਹੈ। ਪਰ ਕਿਸੇ ਘਰ ਵਿੱਚ ਕੋਈ ਆਨੰਦ ਵਿਆਹ ਹੈ ਤਾਂ ਰਾਗ ਰੰਗ ਦੀਆਂ ਮਹਿਫਲਾਂ ਸੱਜ ਜਾਂਦੀਆਂ ਨੇ। ਸ਼ੋਰ ਸ਼ਰਾਬਾ, ਜਿਸ ਘਰ ਵਿੱਚ ਬਹੁਤ ਸ਼ੋਰ ਸ਼ਰਾਬਾ ਹੈ ਔਰ ਕਹਿ ਕੇ ਨੇ ਸਮਝ ਲੈਣਾ ਕੋਈ ਖੁਸ਼ੀ ਹੈ, ਕੋਈ ਵਿਆਹ ਹੈ। ਪਰ ਜਿੱਥੇ ਬਿਲਕੁਲ ਖਾਮੋਸ਼ੀ ਤਾਰੀ ਹੈ, ਹੋਂਟ ਬੰਦ, ਸਮਝ ਲਓ ਕੋਈ ਮੌਤ ਹੈ। ਤਾਂ ਮਹਾਤਮਾ ਬੁੱਧ ਖਾਮੋਸ਼ ਨੇ, ਬੋਧ ਭਿਕਸ਼ੂ ਖਾਮੋਸ਼ ਨੇ, ਲਾਸ਼ ਤੇ ਮੌਤ ਦੀ ਮੂਰਤੀ ਬਣੇ ਹੋਏ ਨੇ। ਪਰ ਮੌਤ ਦੇ 'ਚ ਇਤਨੇ ਗਹਿਰੇ ਡੁੱਬੇ, ਇਤਨੇ ਗਹਿਰੇ ਡੁੱਬੇ ਕਿ ਮੌਤ ਤੋਂ ਪਰੇ ਚਲੇ ਗਏ। ਜੀਵਨ ਦੇ 'ਚ ਇਤਨੇ ਗਹਿਰੇ ਡੁੱਬੇ, ਇਤਨਾ ਗਹਿਰਾ ਅਧਿਐਨ ਕੀਤਾ ਜੀਵਨ ਦਾ ਕਿ ਇਸ ਜੀਵਨ ਤੋਂ ਪਰੇ ਚਲੇ ਗਏ ਸ੍ਰੀ ਕ੍ਰਿਸ਼ਨ। ਜਿੱਥੇ ਤੱਕ ਗੁਰੂ ਨਾਨਕ ਦਰਸ਼ਨ ਦਾ ਸਵਾਲ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀਵਨ ਦੇ 'ਚ ਵੀ ਡੁੱਬਣਾ ਕਹਿੰਦੇ ਨੇ, ਮੌਤ ਦੇ 'ਚ ਵੀ ਡੁੱਬਣਾ ਕਹਿੰਦੇ ਨੇ, ਕਿਉਂਕਿ ਜੀਵਨ ਇੱਕ ਨਹੀਂ। ਅਗਰ ਕੋਈ ਬੰਦਾ ਇਹ ਆਖੇ ਮੈਂ ਸਿਰਫ ਮੌਤ ਹਾਂ, ਜਨਮ ਨਹੀਂ ਹਾਂ, ਝੂਠ ਬੋਲਦਾ, ਜਨਮ ਹੋਇਆ, ਜੀਵਨ ਹੈ। ਤੇ ਕੋਈ ਇਹ ਆਖੇ ਮੈਂ ਤੇ ਸਿਰਫ ਜੀਵਨ ਹਾਂ, ਮੌਤ ਨਹੀਂ, ਇਹ ਵੀ ਅਧੂਰੀ ਗੱਲ ਹੋਵੇਗੀ। ਮਨੁੱਖ ਜੀਵਨ ਹੈ, ਮਨੁੱਖ ਮੌਤ ਹੈ, ਜ਼ਿੰਦਗੀ ਜਨਮ ਹੈ, ਜ਼ਿੰਦਗੀ ਮੌਤ ਹੈ। ਤਾਂ ਫਿਰ ਡੁੱਬਣਾ ਦੋਹਾਂ ਦੇ 'ਚ ਹੈ। ਤਾਂ ਮਹਾਰਾਜ ਕਹਿੰਦੇ ਮਿਹਨਤ ਕਰਨੀ ਹੈ, ਮਿਹਨਤ ਦੀ ਮੇਰੇ ਕੋਲ ਝੋਲੀ ਹੈ, ਕਿਰਤ ਕਰਨੀ ਹੈ, ਸੰਸਾਰ ਵਿੱਚ ਡੁੱਬਣਾ। ਗੁਰੂ ਨਾਨਕ ਨੇ ਕਿਰਤ ਕੀਤੀ, ਮੋਦੀਖਾਨਾ ਚਲਾਇਆ, ਖੇਤੀਬਾੜੀ ਕੀਤੀ, ਆਪ ਦੇ ਪੁੱਤਰ ਹੋਏ, ਸੰਤਾਨ ਹੋਈ, ਪਰਿਵਾਰ ਹੋਇਆ, ਪਰਿਵਾਰ ਨੂੰ ਗਲਵਖੜੀ ਚਲਾਇਆ। ਔਰ ਇਹ ਸੰਦੇਸ਼ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਜੀਵਨ ਵਿੱਚ ਡੁੱਬਣਾ ਹੈ। ਰਬਾਬ ਕੋਲ ਹੈ, ਗੀਤ ਸੰਗੀਤ ਦੀ ਦੁਨੀਆ ਗੁਰੂ ਨਾਨਕ ਦੇ ਕੋਲ ਹੈ, ਰਾਗ ਰੰਗ ਦੀ ਦੁਨੀਆ ਸਤਿਗੁਰੂ ਦੇਵ ਜੀ ਮਹਾਰਾਜ ਆਪਣੇ ਨਾਲ ਰੱਖਦੇ ਨੇ ਮਰਦਾਨੇ ਨੂੰ। ਤੋ ਪਾਤਸ਼ਾਹ ਜੀਵਨ ਦੇ 'ਚ ਵੀ ਡੁੱਬੇ, ਪਰ ਪਾਤਸ਼ਾਹ ਮੌਤ ਦੇ 'ਚ ਵੀ ਡੁੱਬੇ। ਆਪ ਦਾ ਉਪਦੇਸ਼ ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋਏ ਸਬਨ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਦਾਰਸ਼ਨਿਕ ਲੋਕਾਂ ਦਾ ਐਸਾ ਖਿਆਲ ਹੈ ਤੇ ਇਹ ਦ੍ਰਿਸ਼ਟੀ ਪੜਦਿਆਂ ਪੜਦਿਆਂ ਬਣ ਜਾਂਦੀ ਅਕਸਰ ਕਿ ਜਦ ਸਿਰਫ ਜੀਵਨ ਦੇ 'ਚ ਹੀ ਡੁੱਬੇ, ਰਾਗ ਰੰਗ ਦੇ 'ਚ ਹੀ ਡੁੱਬੇ, ਤਾਂ ਹਿੰਦੁਸਤਾਨ ਦੇ ਸਨਾਤਨ ਮੰਦਿਰ ਰਾਗ ਰੰਗ ਦੇ ਅਖਾੜੇ ਬਣ ਗਏ। ਹੋਇਆ ਕਿ ਦੂਰ ਦੂਰ ਤੋਂ ਡਾਕੂਆਂ ਦੇ ਮੂੰਹ ਦੇ 'ਚ ਪਾਣੀ ਆਇਆ ਔਰ ਉਹਨਾਂ ਨੇ ਇਹਨਾਂ ਰਾਗ ਰੰਗ ਦੀਆਂ ਮਹਿਫਲਾਂ ਨੂੰ ਰੱਜ ਕੇ ਬਰਬਾਦ ਕੀਤਾ, ਲੁੱਟਿਆ। ਔਰ ਸਿਰਫ ਰਾਗ ਰੰਗ ਹੀ ਸੀ, ਸਿਰਫ ਜੀਵਨ ਸੀ, ਤਾਂ ਕਿਸੇ ਹੱਦ ਤੱਕ ਦੇਵਦਾਸੀਆਂ ਦੇ ਅਖਾੜੇ ਬਣ ਗਏ। ਇਹ ਅਸਥਾਨ ਔਰ ਜੀਵਨ ਦੇ 'ਚ ਡੁੱਬ ਕੇ ਦਰਅਸਲ ਉਹ ਦੁਰਾਚਾਰ ਦੀ ਦੁਨੀਆ ਦੇ ਡੁੱਬ ਗਏ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿਣਾ ਪਿਆ, ਨੱਚਣ ਕੁੱਦਣ ਮਨ ਕਾ ਚਾਉ, ਨਾਨਕ ਜਿਨ ਮਨ ਭਾਉ ਤੇ ਨਾ ਮਨ ਭਾਉ। ਪਰ ਜੋ ਮੌਤ ਦੇ 'ਚ ਡੁੱਬੇ, ਬਿਲਕੁਲ ਚੁੱਪ ਹੋ ਗਏ, ਖਾਮੋਸ਼ ਹੋ ਗਏ, ਬੋਲਣਾ ਨਹੀਂ, ਹਰਕਤ ਨਹੀਂ ਕਰਨੀ, ਉਸਦਾ ਅੰਜਾਮ ਇਹ ਹੋਇਆ ਕਿ ਦੇਸ਼ 2000 ਸਾਲ ਤੱਕ ਗੁਲਾਮ ਰਹਿ ਗਿਆ। ਕੁਛ ਕਰਨਾ ਹੀ ਨਹੀਂ, ਖਾਮੋਸ਼, ਚੁੱਪ, ਕਿਸੇ ਨੂੰ ਰੋਕਣਾ ਹੀ ਨਹੀਂ, ਕੁਝ ਕਿਰਤ ਹੀ ਨਹੀਂ ਕਰਨੀ, ਕੁਛ ਕਹਿਣਾ ਹੀ ਨਹੀਂ, ਮੂੰਹੋਂ ਕੁਛ ਬੋਲਣਾ ਹੀ ਨਹੀਂ, ਸਿਰਫ ਧਿਆਨ ਸਾਧਨਾ। ਤੋ ਇਤਨਾ ਇਹ ਮਹਾਨ ਵੱਡਾ ਦੇਸ਼ ਗੁਲਾਮ ਹੋ ਕੇ ਰਹਿ ਗਿਆ।
ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਨ ਕੀਤਾ, ਡੁੱਬਣਾ ਜੀਵਨ ਦੇ ਚ ਵੀ ਹੈ, ਡੁੱਬਣਾ ਮੌਤ ਦੇ ਚ ਵੀ ਹੈ, ਕਿਉਂਕਿ ਅਸੀਂ ਸਿਰਫ ਜੀਵਨ ਨਹੀਂ ਮੌਤ ਹਾਂ, ਅਸੀਂ ਸਿਰਫ ਮੌਤ ਨਹੀਂ ਜੀਵਨ ਹਾਂ। ਤੋ ਮਹਾਰਾਜ ਕਹਿੰਦੇ ਨੇ ਮਿਹਨਤ ਵੀ ਕਰਨੀ ਹੈ, ਉੱਦਮ ਵੀ ਕਰਨਾ ਹੈ, ਪ੍ਰਸ਼ਾਰਤ ਵੀ ਕਰਨਾ ਹੈ, ਰਾਗ ਰੰਗ ਦੀ ਮਹਿਫਿਲ ਵੀ ਸਜਾਣੀ ਹੈ। ਜਦਕਿ ਅਸੀਂ ਦੇਖਦੇ ਹਾਂ ਗੁਰਦੁਆਰੇ ਦੀ ਸਾਧਨਾ ਜੋ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਦੀ ਸਾਧਨਾ ਹੈ, ਕੀਰਤਨ ਰਾਗ ਰੰਗ ਦੀ ਮਹਿਫਿਲ, ਤੇ ਆਪ ਦਾ ਉਪਦੇਸ਼ ਵੀ ਹੈ, ਨਾਨਕ ਭਉ ਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਪਰ ਇਸ ਗੀਤ ਸੰਗੀਤ ਦੀ ਮਹਿਫਿਲ ਵਿੱਚ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮੌਤ ਦਾ ਚਿੰਤਨ ਰੱਖੀ, ਖਾਮੋਸ਼ੀ ਅੰਦਰ ਦੀ ਭੁੱਲ ਨਾ ਜਾਈ, ਸਮਾਧੀ ਅੰਦਰ ਦੀ ਭੁੱਲ ਨਾ ਜਾਈ। ਇਸ ਵਾਸਤੇ ਆਪ ਮੌਤ ਦੇ ਚ ਵੀ ਡੁੱਬਣਾ ਸਿਖਾਉਂਦੇ ਨੇ ਔਰ ਉਪਦੇਸ਼ ਕਰਦੇ ਨੇ, ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ ਹੋਏ ਸਵਨ ਕੀ ਰੇਨਕਾ ਤੋ ਆਓ ਹਮਾਰੇ ਪਾਸ। ਪਰ ਇਤਨਾ ਮੌਤ ਦੇ ਚ ਨਾ ਡੁੱਬੀ ਕਿ ਜੀਵਨ ਨੂੰ ਭੁੱਲ ਜਾਏ। ਇਸ ਵਾਸਤੇ ਆਪ ਦੂਜਾ ਉਪਦੇਸ਼ ਕਰਦੇ ਨੇ, ਉਦਮ ਕਰੇਂਦਿਆਂ ਜੀਵ ਤੂੰ ਕਮਾਉਂਦਿਆਂ ਸੁਖ ਭੁੰਚ ਧਿਆਵਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਤੋ ਗੱਲ ਇਹ ਅਧੂਰੀ ਹੋਵੇਗੀ ਅਗਰ ਕੋਈ ਆਖੇ ਮੈਂ ਜੰਮਿਆ ਹਾਂ ਮੈਂ ਮਰਨਾ ਥੋੜੀ ਹੈ, ਔਰ ਇਹ ਵੀ ਅਧੂਰੀ ਗੱਲ ਹੋਵੇਗੀ ਕੋਈ ਆਖੇ ਮੈਂ ਮਰਨਾ ਤੇ ਹੈ ਪਰ ਮੈਂ ਜੰਮਿਆ ਥੋੜੀ ਹਾਂ। ਤੂੰ ਜੰਮਿਆ ਹੀ ਨਹੀਂ ਤੇ ਮਰਨਾ ਕਿੱਥੋਂ, ਤੂੰ ਮਰਦਾ ਹੀ ਨਹੀਂ ਤੂੰ ਫਿਰ ਜੰਮਿਆ ਕਿੱਥੋਂ। ਜਨਮ ਤੇ ਮਰਨ ਇਹ ਤੇ ਇੱਕ ਦਰਿਆ ਦੇ ਦੋ ਕਿਨਾਰੇ ਨੇ ਔਰ ਜੁੜੇ ਹੋਏ ਨੇ, ਇਹ ਤੇ ਜੀਵਨ ਰੂਪੀ ਧਾਰਾ ਦੇ ਨਾਲ ਜਨਮ ਤੇ ਮਰਨ ਜੁੜਿਆ ਹੋਇਆ। ਡੁੱਬਣਾ ਜੀਵਨ ਦੇ ਕਿਨਾਰੇ, ਡੁੱਬਣਾ ਮੌਤ ਦੇ ਕਿਨਾਰੇ, ਤਾਂ ਕਿ ਦੋਹਾਂ ਦੀ ਅਸਲੀਅਤ ਦਾ ਪਤਾ ਚੱਲੇ। ਜੋ ਜੀਵਨ ਵਿੱਚ ਡੁੱਬਦਾ ਹੈ ਉਹ ਪਰਮ ਜੀਵਨ ਨੂੰ ਪ੍ਰਾਪਤ ਕਰ ਲੈਂਦਾ ਹੈ ਔਰ ਜੋ ਮੌਤ ਵਿੱਚ ਡੁੱਬਦਾ ਹੈ ਉਹ ਮੌਤ ਤੋਂ ਪਰੇ ਹੋ ਜਾਂਦਾ, ਉਹ ਅਕਾਲ ਵਿੱਚ ਲੀਨ ਹੋ ਜਾਂਦਾ, ਕਾਲ ਤੋਂ ਪਰੇ ਉੱਠ ਜਾਂਦਾ। ਤੋ ਸਾਹਿਬ ਕਹਿੰਦੇ ਨੇ ਅਸੀਂ ਖਿੰਤਾ ਪਹਿਨ ਰੱਖੀਏ ਮੌਤ ਦੀ, ਪਰ ਇੱਥੇ ਸਵਾਲ ਖੜਾ ਹੋਵੇਗਾ ਜੇ ਮੌਤ ਦੀ ਖਿੰਤਾ ਪਹਿਨ ਰੱਖੀਏ ਤਾਂ ਫਿਰ ਮਿਹਨਤ ਦੀ ਝੋਲੀ ਦੀ ਕੀ ਲੋੜ ਪੈ ਗਈ, ਫਿਰ ਉਦਮ ਪ੍ਰਸ਼ਾਰਤ ਦੇ ਭਾਂਡੇ ਦੀ ਕੀ ਲੋੜ ਪੈ ਗਈ। ਪਰ ਇੱਥੋਂ ਖਿਆਲ ਦਰਸਾ ਦਿੱਤਾ ਜੀਵਨ ਵੀ ਹੈ ਸਾਡੇ ਕੋਲ, ਤੋ ਜੀਵਨ ਦੇ ਚ ਵੀ ਡੁੱਬਣਾ ਹੈ। ਤੋ ਜੀਵਨ ਦੇ ਚ ਤੇ ਤਾਂ ਡੁੱਬਿਆ ਜਾ ਸਕਦਾ ਕੋਈ ਮਿਹਨਤ ਕਰੇ, ਭੱਜ ਦੌੜ ਕਰੇ, ਕਿਰਤ ਕਰੇ ਔਰ ਪਰਿਵਾਰ ਦੀ ਦੇਖ ਰੇਖ ਕਰੇ, ਤਾਂ ਹੀ ਜੀਵਨ ਦੇ ਚ ਡੁੱਬਿਆ ਜਾ ਸਕਦਾ ਹੈ ਔਰ ਮੌਤ ਦਾ ਚਿੰਤਨ ਕਰੇ। ਤੋ ਸਾਹਿਬ ਕਹਿੰਦੇ ਨੇ ਇਹਨਾਂ ਦੋਹਾਂ ਦੇ ਚ ਡੁੱਬਣਾ ਹੈ, ਕਿਉਂਕਿ ਦੋਵੇਂ ਸਾਡੇ ਕੋਲ ਨੇ, ਹਰ ਮਨੁੱਖ ਦੇ ਕੋਲ ਜੀਵਨ ਵੀ ਹੈ, ਹਰ ਮਨੁੱਖ ਦੇ ਕੋਲ ਮੌਤ ਵੀ ਹੈ। ਇਹ ਬੰਦੇ ਜੀਵਨ ਦੇ ਚ ਡੁੱਬ ਔਰ ਮੌਤ ਦੇ ਚ ਡੁੱਬ, ਤਾਂ ਕਿ ਦੋਹਾਂ ਤੋਂ ਪਰੇ ਉੱਠ, ਜਨਮ ਮਰਨ ਤੋਂ ਉੱਚਾ ਉੱਠ ਜਾਏਗਾ, ਜੀਵਨ ਤੇ ਮੌਤ ਤੋਂ ਉੱਚਾ ਉੱਠ ਜਾਏਗਾ। ਮਹਾਰਾਜ ਫਰਮਾਨ ਕਰਦੇ ਨੇ ਅਸੀਂ ਖਿੰਤਾ ਪਹਿਨ ਰੱਖੀਏ ਕਾਲ ਦੀ, ਔਰ ਸਾਡੀ ਯੋਗ ਦੀ ਜੁਗਤੀ ਇਹ ਹੈ ਕਿ ਕਾਇਆ ਨੂੰ ਕੁਆਰਾ ਰੱਖਣਾ, ਪਵਿੱਤਰ ਰੱਖਣਾ, ਬੇਦਾਗ ਰੱਖਣਾ, ਹੱਥਾਂ ਨਾਲ ਕੋਈ ਗਲਤ ਕਰਨਾ ਨਹੀਂ, ਰਸਨਾ ਨਾਲ ਕੋਈ ਗਲਤ ਬੋਲਣਾ ਨਹੀਂ, ਅੱਖਾਂ ਨਾਲ ਕੁਝ ਗਲਤ ਵੇਖਣਾ ਨਹੀਂ, ਕਾਇਆ ਨੂੰ ਬਿਲਕੁਲ ਕੁਆਰਾ ਰੱਖਣਾ, ਕੋਰਾ ਰੱਖਣਾ। ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਸਾਡੇ ਹੱਥ ਦੇ ਚ ਡੰਡਾ ਕਿਹੜਾ ਹੈ, ਜੋਗੀ ਲੋਕ ਰੱਖਦੇ ਨੇ। ਮਹਾਰਾਜ ਕਹਿੰਦੇ ਰੱਬੀ ਵਿਸ਼ਵਾਸ ਦਾ ਡੰਡਾ ਸਾਡੇ ਕੋਲ ਹੈ, ਇਹੀ ਸਾਡੀ ਹਿਫਾਜ਼ਤ ਕਰਦਾ ਹੈ, ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਤੋਂ ਸਾਡੀ ਹਿਫਾਜ਼ਤ ਕਰਦਾ ਹੈ। ਭਰੋਸਾ ਵਿਸ਼ਵਾਸ ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ। ਯੋਗੀਆਂ ਵਿੱਚ ਸਭ ਤੋਂ ਵੱਡਾ ਪੰਥ ਹੈ ਆਈ ਪੰਥ, ਜੋ ਯੋਗੀਆਂ ਦੇ ਬਾਰਾਂ ਹੀ ਪੰਥਾਂ ਨੂੰ ਮੰਨਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮੇਰਾ ਪੰਥ ਆਈ ਪੰਥ ਹੈ, ਪਰ ਮੈਂ ਸਿਰਫ ਬਾਰਾਂ ਪੰਥਾਂ ਨੂੰ ਨਹੀਂ ਮੰਨਦਾ,
ਬਲਕਿ ਆਈ ਪੰਥੀ ਸਗਲ ਜਮਾਤੀ। ਸੰਸਾਰ ਵਿੱਚ ਜਿਤਨੀਆਂ ਜਮਾਤਾਂ ਨੇ, ਸੰਸਾਰ ਵਿੱਚ ਜਿਤਨੇ ਪੰਥ ਨੇ, ਮੈਂ ਸਾਰਿਆਂ ਨੂੰ ਹੀ ਮੰਨਦਾ ਔਰ ਸਾਰਿਆਂ ਦੀ ਇੱਕ ਜਮਾਤ ਸਮਝਦਾ। ਇੱਕ ਜਮਾਤ ਵਿੱਚ ਬੈਠੇ ਨੇ ਸਾਰੇ, ਇੱਕ ਪਾਠਸ਼ਾਲਾ ਦੇ ਸਾਰੇ ਬੈਠੇ ਨੇ, ਸਾਰਿਆਂ ਦੇ ਨਾਲ ਸਾਂਝੀ ਵਾਲਤਾ ਹੈ। ਮੈਂ ਸਿਰਫ 12 ਪੰਥਾਂ ਨਾਲ ਸੰਬੰਧ ਨਹੀਂ ਜੋੜਦਾ, ਮੈਂ ਜਗਤ ਦੇ ਤਮਾਮ ਪੰਥਾਂ ਦੇ ਨਾਲ ਸੰਬੰਧ ਜੋੜਦਾ, ਸਾਰਿਆਂ ਦੇ ਨਾਲ ਚੱਲਦਾ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ। ਇਹ ਮੇਰਾ ਆਈ ਪੰਥ ਹੈ। ਆਈ ਪੰਥੀ ਸਗਲ ਜਮਾਤੀ, ਤਮਾਮ ਜਮਾਤਾਂ ਦੇ ਨਾਲ ਰਹਿਣਾ, ਇਹ ਮੇਰਾ ਆਈ ਪੰਥ ਹੈ। ਮਨ ਜੀਤੇ ਜਗ ਜੀਤ, ਤੇ ਮੈਂ ਜਗਤ ਦੀ ਜਿੱਤ ਮਨ ਨੂੰ ਜਿੱਤਣ ਦੇ ਨਾਲ ਮੰਨਦਾ, ਨਾ ਕਿ ਰਿਧੀਆਂ ਸਿਧੀਆਂ ਦੀ ਪ੍ਰਾਪਤੀ ਵਿੱਚ। ਜਗਤ ਦੀ ਜਿੱਤ ਮੰਨਦਾ, ਮਨ ਨੂੰ ਜਿੱਤਣ ਨਾਲ ਮੈਂ ਜਗਤ ਦੀ ਜਿੱਤ ਮੰਨਦਾ, ਤੇ ਮੇਰਾ ਉਸ ਪਰਿਪੂਰਨ ਪਰਮਾਤਮਾ ਦੇ ਅੱਗੋਂ ਆਦੇਸ਼ ਹੈ। ਆਦੇਸ਼ ਤਿਸੇ ਆਦੇਸ਼, ਕਿਸ ਨੂੰ ਆਦੇਸ਼? ਆਦ ਅਨਿਲ ਅਨਾਦ ਅਨਾਦ, ਜੁਗ ਜੁਗ ਏਕੋ ਵੇਸ, ਜੋ ਸਭ ਦਾ ਮੁੱਢ ਹੈ ਤੇ ਜਿਸ ਦਾ ਕੋਈ ਮੁੱਢ ਨਹੀਂ, ਜੋ ਧਬਿਆਂ ਤੋਂ ਰਹਿਤ ਹੈ, ਨਾਸ਼ ਤੋਂ ਰਹਿਤ ਹੈ, ਤੇ ਜੁਗਾਂ ਜੁਗਾਂਤਰਾਂ ਵਿੱਚ ਜਿਸ ਦਾ ਇੱਕੋ ਹੀ ਵੇਸ ਹੈ, ਉਸ ਨੂੰ ਹੀ ਬਾਰੰਬਾਰ ਆਦੇਸ਼ ਹੈ, ਉਸੇ ਨੂੰ ਹੀ ਬਾਰੰਬਾਰ ਸਜਦਾ ਹੈ।